ਸੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਟੂਡੈਂਟ ਓਵਰਆਲ 6 ਇਕ ਜਾਂ 2 ਮੋਡੀਊਲ ਚ 5.5 ਬੈਂਡ ਵਾਲਾ ਉਸ ਦੇ ਲਈ ਚੁਆਇਸ ਕਰਨੀ ਕਿ ਉਸ ਨੂੰ ਹੁਣ ਰੈਲੇਵੈਂਟ ਕੋਰਸ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਫੋਕਸ ਕਰਨਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਹ ਦੇਖਣਾ ਚਾਹੀਦਾ ਹੈ ਉਹ ਕਿਹੜਾ ਕਾਲਜ ਉਹ ਕਿਹੜਾ ਇੰਸਟੀਟਿਊਟ ਹੈ ਜਿੱਥੇ ਓਵਰਆਲ 6 ਇਕ ਜਾਂ 2 ਮੋਡੀਊਲ ਚ 5.5 ਬੈਂਡ ਦੇ ਨਾਲ ਐਸਜੀਐਸ ਦੇ ਵਿੱਚ ਐਡਮਿਸ਼ਨ ਮਿਲ ਰਹੀ ਹੈ ਸੋ ਇਹ ਦੋਵੇਂ ਚੀਜ਼ਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸਟੂਡੈਂਟਸ ਦੇ ਕਈ ਸਵਾਲ ਸਾਡੇ ਕੋਲ ਨੇ ਕਿ ਅਸੀਂ ਹੁਣ ਕਿਹਨਾ ਚੀਜ਼ਾਂ ਤੇ ਜ਼ਿਆਦਾ ਫੋਕਸ ਕਰੀਏ ਜਿਸ ਉੱਪਰ ਸਾਡ ਚਾਂਸਸ ਦੇ ਸਕਦੇ ਆ ਔਰ ਇਨਾ ਜਿਹੜੇ ਹੁਣ ਚੇਂजेस ਆਏ ਨੇ ਕੈਨੇਡਾ ਦੇ ਇਸ ਨੂੰ ਆਪਾਂ ਕਿਸ ਢੰਗ ਨਾਲ ਦੇਖੀਏ ਕਿ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਨਾ ਚੇਂजेस ਦਾ ਜੋ ਰਿਜ਼ਲਟ ਹੈ ਕਿਤੇ ਰਿਫਿਊਜ਼ਲਸ ਵਿੱਚ ਵੀ ਤਾਂ ਨਹੀਂ ਵਧਦਾ ਦਿਖੇਗਾ 2019 ਦੀ ਗੱਲ ਕਰੀਏ ਬਹੁਤ ਸਾਰਾ ਰਿਫਿਊਜ਼ਲਸ ਉਹ ਦੋ ਆਏ ਸੀ ਸੋ ਹੁਣ ਚੰਗੀ ਖਬਰਾਂ ਆਉਣ ਦੇ ਨਾਲ ਨਾਲ ਜਿਹੜੀ ਇੱਕਦਮ ਫਾਈਲਿੰਗ ਇੰਨੀ ਜ਼ਿਆਦਾ ਹੁਣ ਹੋ ਰਹੀ ਹੈ ਕਿ ਹੋਏਗੀ ਵੀ ਹੋਰ ਤਾਂ ਉਸ ਦੇ ਨਾਲ ਸਕਸੈਸ ਰੇਟ ਵਧੇਗਾ ਜਾਂ ਫਿਰ ਰਿਫਿਊਜ਼ਲਸ ਵੀ ਫੇਸ ਕਰਨੀਆਂ ਪੈ ਸਕਦੀਆਂ ਨੇ ਸੋ ਕਈ ਸਾਰੇ ਪੁਆਇੰਟਸ ਨੇ ਜੋ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਅਸੀਂ ਕਲੀਅਰ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਕ੍ਰੀਏਟਿਵ ਫਿਊਚਰ ਕੰਸਲੈਂਸਾ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਗੁਰਪ੍ਰੀਤ ਜੀ ਦੇਖੋ ਜਦੋਂ ਵੀ ਮੈਂ ਹਮੇਸ਼ਾ ਪਹਿਲਾਂ ਵੀ ਗੱਲ ਕਰਦੀ ਕਿ ਜਦੋਂ ਵੀ ਕਿਤੇ ਕੋਈ ਅਪਡੇਟ ਕਿਸੇ ਕੰਟਰੀ ਦਾ ਹੁੰਦਾ ਹੈ ਸਟੂਡੈਂਟ ਦੇ ਮਨ ਵਿੱਚ ਸਵਾਲ ਹੋਣੇ ਤਾਂ ਲਾਜ਼ਮੀ ਆ ਪਰ ਕਨਫਿਊਜ਼ਨ ਵੀ ਇਸ ਦੇ ਨਾਲ ਨਾਲ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੋ ਇੱਥੇ ਜ਼ਰੂਰ ਗਾਈਡ ਕਰੋ ਹੁਣ ਅੱਜ ਦੇ ਸਮੇਂ ਵਿੱਚ ਜਿਹੜਾ ਸਟੂਡੈਂਟ ਅਪਲਾਈ ਕਰ ਰਿਹਾ ਜਿਹਦੇ ਓਵਰਆਲ 6.2 ਦੋ ਮੋਡਿਊਲ ਚ 5.5 ਨੇ ਉਹਨੂੰ ਫੋਕਸ ਕਿੱਥੇ ਕਰਨਾ ਚਾਹੀਦਾ ਕਿਉਂਕਿ ਸਟੂਡੈਂਟਸ ਦਾ ਜ਼ਿਆਦਾ ਧਿਆਨ ਹੈ ਜੀ ਕਿਹੜਾ ਅਜਿਹਾ ਕਾਲਜ ਯੂਨੀਵਰਸਿਟੀ ਹੈ ਜਿੱਥੇ ਸਾਨੂੰ ਇਹਨਾਂ ਬੈਂਡ ਸਕੋਰ ਦੇ ਨਾਲ ਐਡਮਿਸ਼ਨ ਐਸਡੀ ਸੋਰੀ ਕਾਲਜ ਜਾਂ ਇੰਸਟੀਚਿਊਟ ਦੇ ਉੱਪਰ ਫੋਕਸ ਕਰਨ ਜਾਂ ਫਿਰ ਕੋਰਸ ਦੇ ਉੱਪਰ ਉਹਨਾਂ ਨੂੰ ਅੱਜ ਵੀ ਫੋਕਸ ਕਰਨਾ ਪ੍ਰਾਇੋਰਟੀ ਤੇ ਰੱਖਣਾ ਚਾਹੀਦਾ ਹੈ ਹਰਜੋਤ ਜੀ ਸਟੂਡੈਂਟ ਸਭ ਤੋਂ ਵੱਡੀ ਗਲਤੀ ਇਸ ਟਾਈਮ ਕਰੇਗਾ ਕੋਰਸ ਸਿਲੈਕਸ਼ਨ ਦੀ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਆ ਗਿਆ ਕਿ ਮੈਂ ਐਸਡੀਐਸ ਕੈਟਾਗਰੀ ਦੇ ਅੰਡਰ ਆ ਚੁੱਕਿਆ ਹੈ ਇਹ ਪਿੱਛੇ ਜੇ ਐਸਪੀਪੀ ਪ੍ਰੋਗਰਾਮ ਜਦੋਂ ਚੱਲਦਾ ਸੀ ਉਦੋਂ ਵੀ ਸਟੂਡੈਂਟਸ ਨੇ ਗਲਤੀ ਕੀਤੀ ਸੀਗੀ ਤੇ ਉਹਨਾਂ ਨੇ ਇੱਕੋ ਹੀ ਕੋਰਸ ਦੇ ਵਿੱਚ ਜਿਹੜਾ ਉੱਥੇ ਕੋਈ ਪੁਲਿਸ ਫੋਰਸ ਨੂੰ ਲੈ ਕੇ ਕੋਰਸ ਸੀ ਉਹਦੇ ਵਿੱਚ ਐਡਮਿਸ਼ਨਸ ਲੈ ਲੀਆਂ ਸੀਗੀਆਂ ਤੇ ਹੁਣ ਇਹ ਸਟੂਡੈਂਟ ਸਾਡਾ ਫੇਰ ਗਲਤੀ ਕਰੂਗਾ ਇਹਨੇ ਗਲਤੀ ਕਰਨੀ ਹੈ ਕੋਰਸ ਸਿਲੈਕਸ਼ਨ ਦੇ ਉੱਤੇ ਜਿੱਥੇ ਬੱਚੇ ਦਾ ਵੀਜ਼ਾ ਉੱਡਣਾ ਤੇ ਇਹ ਗਲਤੀ ਸਟੂਡੈਂਟ ਨਾ ਕਰੇ ਕਿਉਂਕਿ ਇਹ ਬਹੁਤ ਵੱਡੀ ਗਲਤੀ ਹੈ ਇੱਕ ਤਾਂ ਦੇਖੋ ਜੋ 5.5 2 ਚੋ 5.5 ਵਾਲੇ ਨੂੰ ਐਸਡੀਐਸ ਕੈਟਾਗਰੀ ਦੇ ਅੰਡਰ ਲਿਆਇਆ ਗਿਆ ਹੈ ਨਾ ਕਿ ਐਸਡੀਐਸ ਕਾਲਜ ਉਹਨਾਂ ਨੇ ਕੋਈ ਗੱਲ ਕੀਤੀ ਆ ਇਸ ਕਰਕੇ ਬੱਚੇ ਨੇ ਟਰਾਈ ਕਰਨਾ ਹੈ ਐਸਡੀਐਸ ਕਾਲਜ ਦੇ ਵਿੱਚ ਐਡਮਿਸ਼ਨ ਕਰਾਉਣ ਦੇ ਲਈ ਐਸਡੀਐਸ ਕਾਲਜ ਦੇ ਵਿੱਚ ਐਡਮਿਸ਼ਨ ਕਰਾਏਗਾ ਇੱਕ ਚੋ 5.5 2 ਚੋ 5.5 ਕੀ ਉਹਨਾਂ ਨੇ ਆਪਣੀਆਂ ਵੈਬਸਾਈਟਸ ਦੇ ਉੱਤੇ ਇਹ ਅਪਲੋਡ ਕਰ ਦਿੱਤਾ ਹੈ ਕਿ ਅਸੀਂ ਕ੍ਰਾਈਟਰੀਆ ਮੈਚ ਕਰ ਰਹੇ ਆ ਅਸੀਂ ਐਡਮਿਸ਼ਨ ਦੇਣ ਲਈ ਤਿਆਰ ਆ ਇਸ ਕ੍ਰਾਈਟਰੀਆ ਲਈ ਬੱਚਾ ਆ ਸਕਦਾ ਹੈ ਐਲੀਜੀਬਲ ਆ ਸਭ ਤੋਂ ਪਹਿਲਾਂ ਇਹ ਚੈੱਕ ਕਰਨ ਦੀ ਜਰੂਰਤ ਆ ਕਿਉਂਕਿ ਸਾਡੇ ਕੰਸਲਟੈਂਟ ਵੱਲੋਂ ਵੀ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਐਸਡੀਐਸ ਕੈਟਾਗਰੀ ਆ ਜਿਹਦੇ ਨਾਲ ਅਸੀਂ ਨੋਨ ਐਸਡੀਐਸ ਕੈਟਾਗਰੀ ਨਾਲ ਇਹਨੂੰ ਤੋਲਦੇ ਆ ਇੱਕ ਸਾਡੇ ਕੋਲ ਇੱਕੋ ਹੀ ਤਰਾਜੂ ਆ ਹੋਰ ਕੋਈ ਨਹੀਂ ਆ ਜੋ ਕਿ ਅਸੀਂ ਕੋਈ ਸਟੂਡੈਂਟ ਦੀ ਪਰਸੈਂਟੇਜ ਨਹੀਂ ਦੇਖ ਰਹੇ ਕੈਨੇਡਾ ਦੇ ਵਿੱਚ ਕੋਈ ਅਸੀਂ ਸਟੂਡੈਂਟ ਦੇ ਕੋਰਸ ਨਹੀਂ ਕੁਝ ਨਹੀਂ ਅਸੀਂ ਦੇਖ ਰਹੇ ਇੱਕ ਬੱਚਾ SDS ਚ ਅਪਲਾਈ ਕਰ ਰਿਹਾ ਇੱਕ ਨਾਨ SDS ਚ ਅਪਲਾਈ ਕਰ ਰਿਹਾ ਸਿਰਫ ਇਸੇ ਤਰੀਕੇ ਨਾਲ ਪੂਰੇ ਸਾਡੇ ਇਸ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੋ ਕਿ ਬਿਲਕੁਲ ਸਹੀ ਨਹੀਂ ਆ ਸਭ ਤੋਂ ਪਹਿਲਾਂ ਸਾਨੂੰ ਬੱਚੇ ਦੀ ਕੋਰਸ ਸਿਲੈਕਸ਼ਨ ਦੇ ਉੱਤੇ ਜਾਣਾ ਚਾਹੀਦਾ ਹੈ ਕਿ ਬੱਚੇ ਦਾ ਕਰਾਈਟਰੀਆ ਕਿੱਥੇ ਮੈਚ ਕਰ ਰਿਹਾ ਕਿਹੜੇ ਕੋਰਸ ਲਈ ਬੱਚਾ ਜਾਵੇ ਜਿਹੜੇ ਕੋਰਸ ਲਈ ਬੱਚਾ ਜਾ ਰਿਹਾ ਉਹਦੇ ਵਿੱਚ ਕੱਲ ਦੇ ਦਿਨ ਬੱਚੇ ਦਾ ਫਿਊਚਰ ਤਾਂ ਬਣੇਗਾ ਹੀ ਨੇਗਾ ਵੀਜ਼ਾ ਗ੍ਰਾਂਟ ਕਰਨ ਦੇ 98% ਚਾਂਸਸ ਹੋ ਜਾਂਦੇ ਨੇ ਤੇ ਇਹ ਗਲਤੀਆਂ ਜੇ ਬੱਚਾ ਨਹੀਂ ਕਰੇਗਾ ਤੇ ਵੀਜ਼ਾ ਕੱਢ ਜੇਗਾ ਜੇ ਬੱਚਾ ਇਸ ਹਵਾ ਦੇ ਵਿੱਚ ਆ ਗਿਆ ਮੈਂ ਤਾਂ ਐਸਡੀਐਸ ਕੈਟਾਗਰੀ ਚ ਆ ਚੁੱਕਿਆ ਮੈਂ ਤਾਂ ਐਡਮਿਸ਼ਨ ਵੀ ਹੁਣ ਐਸਡੀਐਸ ਕਾਲਜ 'ਚ ਲਊਗਾ 2 ਤੋਂ 5.5 'ਚੋਂ 5.5 ਵਾਲਾ ਬੱਚਾ ਜਿੱਥੇ ਐਲੀਜੀਬਲ ਹੈ ਉੱਥੇ ਐਡਮਿਸ਼ਨ ਜੇ ਨਹੀਂ ਲੈਂਦਾ ਤੇ ਵੀਜ਼ਾ ਗ੍ਰਾਂਟ ਨਹੀਂ ਹੋਣਾ ਇਹ ਧਿਆਨ ਦੇ ਵਿੱਚ ਰੱਖੋ ਕੋਰਸ ਸਿਲੈਕਸ਼ਨ ਔਰ ਕ੍ਰਾਈਟੇਰੀਆ ਦੋਨੋਂ ਚੀਜ਼ਾਂ ਮੈਚ ਕਰਦੀਆਂ ਬਹੁਤ ਇੰਪੋਰਟੈਂਟ ਹੋਣੀ ਹੈ ਇਹ ਨਹੀਂ ਕਿ ਐਸਡੀਐਸ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਨਾਲ ਤੁਹਾਡਾ ਵੀਜ਼ਾ ਨਿਕਲ ਜਾਊਗਾ ਵੀਜ਼ਾ ਤੁਹਾਡਾ ਨੋਨ ਐਸਡੀਐਸ ਕਾਲਜ ਦੇ ਵਿੱਚ ਵੀ ਐਡਮਿਸ਼ਨ ਲੈਣ ਨਾਲ ਨਿਕਲ ਜਾਣਾ ਤੁਕਿਉਂਕਿ ਤੁਸੀਂ ਐਸ ਡੀ ਐਸ ਕੈਟਾਗਰੀ ਦੇ ਅੰਡਰ ਆ ਗਏ ਹੋ ਤੇ ਇਸ ਕਰਕੇ ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖੋ ਇਹ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਾਰਾ ਫੋਕਸ ਸਾਡਾ ਸਟੂਡੈਂਟ ਦਾ ਸਭ ਤੋਂ ਪਹਿਲਾਂ ਫੋਕਸ ਇਸ ਤੋਂ ਐਸ ਡੀ ਐਸ ਕੈਟਾਗਰੀ ਤੋਂ ਪਹਿਲਾਂ ਸਾਡਾ ਸਟੂਡੈਂਟ ਦਾ ਫੋਕਸ ਲੱਗਿਆ ਹੋਇਆ ਸੀਗਾ 6 ਇੰਚ ਬਿਲਕੁਲ 6 ਇੰਚ 6 ਇੰਚ ਕਿਸੇ ਤਰੀਕੇ ਆਜੇ 6 ਇੰਚ 10 ਵਾਰ ਪੇਪਰ ਦਿੱਤਾ 20 ਵਾਰ ਪੇਪਰ ਦਿੱਤਾ ਉਦੋਂ ਵੀ ਅਸੀਂ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀਗੇ ਨਾਨ ਐਸਡੀਐਸ ਕੈਟਾਗਰੀ ਚ ਵੀ ਵੀਜ਼ਾ ਨਿਕਲਦੇ ਨੇ ਅਸੀਂ ਐਸਡੀਐਸ ਕੈਟਾਗਰੀ ਨੂੰ ਫੋਲੋ ਕਰਦੇ ਹੋਏ ਵੀਜ਼ਾ ਕੱਢਾਂਗੇ ਬਹੁਤ ਜ਼ਿਆਦਾ ਬਦਲਾਵ ਨਹੀਂ ਹੈ ਇਹਨੂੰ ਬਹੁਤ ਜ਼ਿਆਦਾ ਬਦਲਾਵ ਨਾ ਸਮਝਾ ਜਾਵੇ ਇਹ ਨਹੀਂ ਕਿ ਉੱਥੇ ਬੈਠ ਗਿਆ 에어ਪੋਰਟ ਦੇ ਉੱਤੇ ਇਮੀਗ੍ਰੈਂਟ ਬੈਠ ਗਿਆ ਤੁਹਾਨੂੰ ਸਟੈਂਪਾ ਲਾ ਲਾ ਕੇ ਦੇ ਰਿਹਾ ਕਿ ਸਟicker ਲਾ ਲਾ ਕੇ ਕੈਨੇਡਾ ਜਾਓ ਪ੍ਰੋਸੈਸ ਉਹੀ ਹੈ ਸਾਰਾ ਕੁਝ ਉਹੀ ਹੈ ਨੰਗਨਾ ਸੀ ਉਹਨਾਂ ਹੀ ਪੜਾਵਾ ਦੇ ਵਿੱਚੋਂ ਉਸੇ ਸਿਸਟਮ ਦੇ ਵਿੱਚੋਂ ਅਸੀਂ ਬਾਹਰ ਜਾਣਾ ਹੈ ਇਸ ਕਰਕੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕੋਰਸ ਸਿਲੈਕਸ਼ਨ ਦੇ ਉੱਤੇ ਕੰਮ ਕੀਤਾ ਜਾਵੇ ਕਰਟਰੀਰੀਆ ਦੇ ਉੱਤੇ ਕੰਮ ਕੀਤਾ ਜਾਵੇ ਆਪਣੇ ਏਰੀਆ ਦੇ ਉੱਤੇ ਕੰਮ ਕੀਤਾ ਜਾਵੇ ਕਿ ਮੈਂ ਕਿਹੜੇ ਏਰੀਆ 'ਚ ਅਪਲਾਈ ਕਰਾਂ ਮੇਰਾ ਪ੍ਰੋਫਾਈਲ ਕੀ ਮੈਚ ਕਰ ਰਿਹਾ ਹੈ ਇੱਕ ਚੋ 5.5 ਦੋ ਚੋ 5.5 ਵਾਲਾ ਬੱਚਾ 90% ਵਾਲਾ ਵੀ ਹੁੰਦਾ ਹੈ 80 ਵਾਲਾ ਵੀ ਹੁੰਦਾ ਹੈ 70 ਵਾਲਾ ਵੀ ਹੁੰਦਾ ਹੈ 60 ਵਾਲਾ ਵੀ ਹੁੰਦਾ ਹੈ ਹੁਣ ਬੱਚੇ ਦਾ ਕਰਾਈਟੇਰੀਆ ਕਿੱਥੇ ਮੈਚ ਕਰਦਾ ਆਪਣੇ ਕੰਸਲਟੈਂਟ ਦਾ ਸਲਾਹ ਕਰਕੇ ਐਡਮਿਸ਼ਨ ਸਭ ਤੋਂ ਵੱਡਾ ਬੇਸ ਰਹੂਗੀ ਇਸ ਟਾਈਮ ਵੀਜ਼ਾ ਸਕਸੈਸ ਰੇਟ ਜਿਹੜਾ ਸੀ ਵੀਜ਼ਾ ਕੱਢਣਾ ਐ ਐਡਮਿਸ਼ਨ ਸਭ ਤੋਂ ਵੱਡਾ ਤੁਹਾਡਾ ਬੇਸ ਰਹਿਣਾ ਐ ਐਡਮਿਸ਼ਨ ਦੇ ਉੱਤੇ ਤੁਹਾਡਾ ਵੀਜ਼ਾ ਟਿਕਿਆ ਹੋਇਆ ਤੇ ਐਡਮਿਸ਼ਨ ਜੇ ਤੁਸੀਂ ਧਿਆਨ ਨਾਲ ਲੈ ਲਈ ਕੋਰਸ ਸਿਲੈਕਸ਼ਨ ਜੇ ਤੁਸੀਂ ਧਿਆਨ ਨਾਲ ਕਰ ਲਈ ਤੇ ਵੀਜ਼ਾ ਤੁਹਾਡਾ इजीली ਨਿਕਲ ਜਾਣਾ ਤੇ ਆਪਣੇ ਬ੍ਰੇਨ ਦੇ ਵਿੱਚੋਂ ਆਪਾਂ ਐਸਡੀਐਸ ਨੌਨ ਐਸਡੀਐਸ ਕੈਟਾ ਦੀ ਕੈਟਾਗਰੀ ਨੂੰ ਜਿਹੜਾ ਕੰਪੇਅਰ ਕਰਦੇ ਆ ਨਾ ਇਹ ਬੰਦ ਕਰ ਦੇ ਵੀਜ਼ਾ ਸக்ஸੈਸ ਰੇਟ ਜ਼ਿਆਦਾ ਕੱਢ ਜਾਗੇ ਆਪਾਂ ਆਪਣੇ ਪ੍ਰੋਫਾਈਲ ਦੇ ਉੱਤੇ ਕ੍ਰਾਈਟੇਰੀਆ ਦੇ ਉੱਤੇ ਜਦੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਐਸਡੀਐਸ ਕੈਟਾਗਰੀ ਚ ਕੀ ਹੈ ਜੀਆਈਸੀ ਪਰ ਰੋਟੇਸ਼ਨ ਫੀਸ ਪਰੋ ਅਸੀਂ ਨਾਨ ਐਸਡੀਐਸ ਕੈਟਾਗਰੀ ਚ ਵੀ ਇਹੀ ਗਾਈਡ ਕਰਦੇ ਹਾਂ ਕਿ ਬੱਚੇ ਨੂੰ ਆਪਣਾ ਜੀਆਈਸੀ ਇਥੋਂ ਭਰ ਕੇ ਜਾਣਾ ਚਾਹੀਦਾ ਹੈ ਔਰ ਆਪਣੀ ਟਿਊਸ਼ਨ ਫੀਸ ਵੀ ਭਰ ਕੇ ਜਾਣੀ ਚਾਹੀਦੀ ਹੈ ਜੋ ਐਥਿਕਲੀ ਆ ਇਹ ਚੀਜ਼ਾਂ ਸਾਰੀਆਂ ਬਿਕਰੀਆਂ ਪੈਕੇਜ ਸਿਸਟਮ ਨੇ ਵਿਖਾਰੀਆਂ ਸੀਗੀਆਂ ਨੇ ਪੈਕੇਜ ਜਿਹੜੇ ਨੋਨ ਐਸ ਡੀ ਐਸ ਕੈਟਾਗਰੀ ਚ ਜਿੰਨੇ ਪੈਕੇਜ ਹੁੰਦੇ ਸੀਗੇ ਨਾ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਹੀ ਮੋਲਡ ਕਰਨਾ ਸ਼ੁਰੂ ਕਰ ਦਿੱਤਾ ਐਸ ਡੀ ਐਸ ਵਾਲਿਆਂ ਨੂੰ ਵੀ ਪੈਕੇਜ ਦੇ ਵਿੱਚ ਤੇ ਉਹਦੇ ਵਿੱਚ ਕੀ ਹੋਇਆ ਜੀ ਆਈ ਸੀ ਜਾਲੀ ਨਿਕਲੇ 에어ਪੋਰਟ ਤੇ ਜੀ ਆਈ ਸੀ ਫੜੇ ਗਏ ਬੱਚਿਆਂ ਦੇ ਬੱਚੇ ਡਿਪੋਰਟ ਹੋਏ ਤੇ ਇਹ ਸਾਰੀ ਮਾਰਕੀਟ ਜਿਹੜੀ ਸ਼ੁਰੂ ਤੋਂ ਖਰਾਬ ਹੋਈ ਆ ਪੈਕੇਜ ਸਿਸਟਮ ਨਾਲ ਹੋਈ ਆ ਉਸ ਤੋਂ ਬਾਅਦ ਖਰਾਬ ਹੋਈ ਆ ਕਿ ਐਸ ਡੀ ਐਸ ਨੋਨ ਐਸ ਡੀ ਐਸ ਕੈਟਾਗਰੀ ਨੂੰ ਅਸੀਂ ਤੋਲਦੇ ਆਂ ਅਸਾਂ ਨੂੰ ਪ੍ਰੋਫਾਈਲ ਸਮਝਣਾ ਚਾਹੀਦਾ ਅਸਾਂ ਨੂੰ ਤੋਲਣਾ ਚਾਹੀਦਾ ਕਿ ਬੱਚਾ ਐਸਡੀਐਸ ਕੈਟਾਗਰੀ ਚ ਅਪਲਾਈ ਕਰਦਾ ਇਹ ਨਹੀਂ ਕਿ ਵੀਜ਼ਾ ਨਹੀਂ ਕੱਢ ਸਕਦਾ ਬੱਚਾ ਨਾਨ ਐਸਡੀਐਸ ਚ ਵੀ ਵੀਜ਼ਾ ਕੱਢ ਸਕਦਾ ਐਸਡੀਐਸ ਚ ਵੀ ਕੱਢ ਸਕਦਾ ਡਿਪੈਂਡ ਔਨ ਤੁਹਾਡੇ ਤੇ ਆ ਤੁਹਾਡੀ ਐਸਓਪੀ ਤੇ ਆ ਤੁਸੀਂ ਕਿਵੇਂ ਦੇ ਰਾਈਟਰ ਹੋ ਤੁਸੀਂ ਵੀਜ਼ਾ ਅਫਸਰ ਨੂੰ ਕਿੰਨਾ ਸੈਟੀਸਫਾਈ ਕਰਾ ਸਕਦੇ ਹੋ ਤੁਹਾਡੇ ਡ੍ਰੀਮਸ ਕੀ ਨੇ ਤੁਸੀਂ ਕੱਲ ਦੇ ਦਿਨ ਉੱਥੇ ਕੀ ਕਰਨਾ ਨੇ ਜਾ ਕੇ ਜੇ ਕੱਲ ਦੇ ਦਿਨ ਤੁਹਾਨੂੰ ਆਪਣੇ ਹੋਮ ਕੰਟਰੀ ਵਾਪਸ ਆਉਣਾ ਪੈਂਦਾ ਹੈ ਜਿਹੜੇ ਕੋਰਸ ਸਿਲੈਕਟ ਕਰਕੇ ਤੁਸੀਂ ਇੰਟਰਨੈਸ਼ਨਲ ਸਟੱਡੀ ਲਈ ਜਾ ਰਹੇ ਹੋ ਤੇ ਕੀ ਤੁਸੀਂ ਆਪਣੇ ਹੋਮ ਕੰਟਰੀ ਚ ਜਾ ਕੇ ਕਰੋਗੇ ਉਹਨਾਂ ਨੂੰ ਜੀਨੀਅਸ ਸਟੂਡੈਂਟ ਚਾਹੀਦੇ ਆ ਤੇ ਜਿਹੜੇ ਉਹਨਾਂ ਨੇ ਨਾਨ ਐਸਡੀਐਸ ਕੈਟਾਗਰੀ ਚ ਡਿਵਾਈਡ ਕਰ ਦਿੱਤੇ ਹਨ ਉਹ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਆ ਲੇਬਰ ਚਾਹੀਦੀ ਆ ਇਸ ਚੀਜ਼ ਨੂੰ ਸਾਨੂੰ ਸਮਝਣਾ ਚਾਹੀਦਾ ਜੋ ਕਿ ਅਸੀਂ ਸਮਝ ਨਹੀਂ ਰਹੇ ਅਸੀਂ ਸਿਰਫ ਇੱਥੇ ਕੰਪੀਟੀਸ਼ਨ ਲੜ ਰਹੇ ਆ ਸਿਰਫ ਕੰਪੀਟੀਸ਼ਨ ਦੇ ਵਿੱਚ ਆ ਕੇ ਮੈਂ ਕੰਸਲਟੈਂਟ ਆ ਮੈਂ ਕਹਿੰਦਾ ਮੈਂ ਐਸਡੀਐਸ ਹੀ ਕਰਦਾ ਮਤਲਬ ਮੈਂ ਬੜਾ ਸਾਫ਼ ਸੁਥਰਾ ਕੰਮ ਕਰਦਾ ਜਿਹੜਾ ਕੰਸਲਟੈਂਟ ਨਾਨ ਐਸਡੀਐਸ ਗਾਈਡ ਕਰ ਰਿਹਾ ਉਹ ਕੰਸਲਟੈਂਟ ਸਹੀ ਨਹੀਂ ਆ ਨਾਨ ਐਸਡੀਐਸ ਕੈਟਾਗਰੀ ਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਐਡਮਿਸ਼ਨ ਕਰਵਾਉਣ ਲਈ ਸਾਨੂੰ ਮ ਦੀ ਪ੍ਰੋਫਾਈਲ ਦੇ ਉੱਤੇ ਮਿਹਨਤ ਕਰਨੀ ਪੈਂਦੀ ਆ ਸਟੂਡੈਂਟ ਨੂੰ ਸਮਝਾਉਣ ਦੇ ਉੱਤੇ ਕਿਉਂਕਿ ਨਾਨ ਐਸਟੀਐਸ ਕੈਟਾਗਰੀ ਵਾਲਾ ਸਟੂਡੈਂਟ ਸਾਡਾ ਐਵਰੇਜ ਸਟੂਡੈਂਟ ਆ ਉਹ ਉਹਨਾਂ ਜੀਨੀਅਸ ਨਹੀਂ ਹੁੰਦਾ ਉਹ ਉਹਨੀਆਂ ਗੱਲਾਂ ਸਾਡੀਆਂ ਨਹੀਂ ਫੋਲੋ ਕਰ ਪਾਉਂਦਾ ਉਹਨੂੰ ਐਸਓਪੀ ਦੱਸਣੀ ਪੈਂਦੀ ਆ ਕਿਵੇਂ ਹੱਥ ਫੜ ਕੇ ਲਿਖਾਉਣ ਵਾਲਾ ਕੰਮ ਆ ਐਸਓਪੀ ਉਹਦੇ ਉੱਤੇ ਤੇ ਇਸ ਕਰਕੇ ਨਾਨ ਐਸਟੀਐਸ ਕੈਟਾਗਰੀ ਨੂੰ ਨੈਗਲੈਕਟ ਕੀਤਾ ਜਾਂਦਾ ਹਰ ਕੰਸਲਟੈਂਟ ਵੱਲੋਂ ਇਹ ਨਹੀਂ ਕਿ ਵੀਜ਼ਾ ਸਕਸੈਸ ਰੇਟ ਨਹੀਂ ਆ ਵੀਜ਼ਾ ਸਕਸੈਸ ਰੇਟ ਹੈਗਾ ਜੇ ਅਸੀਂ ਸਿਸਟਮ ਨੂੰ ਫੋਲੋ ਕਰਦੇ ਪ੍ਰੋਪਰ ਫਾਈਲਿੰਗ ਕਰਦੇ ਆ ਤਾਂ ਨਾਨ ਐਸਟੀਐਸ ਕ ਤੇ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਵੀਜ਼ਾ ਲਗਾਉਣ ਦੇ ਲਈ ਇੱਕ ਪ੍ਰੋਸੈਸ ਡਿਫਰੈਂਟ ਚੀਜ਼ ਹੈ ਪੜਾਈ ਕਰਨ ਦੇ ਲਈ ਐਡਮਿਸ਼ਨ ਸਹੀ ਢੰਗ ਨਾਲ ਲੈਣਾ ਉਹ ਵੀ ਇੱਕ ਡਿਫਰੈਂਟ ਚੀਜ਼ ਹੈ ਦੋਵਾਂ ਚੀਜ਼ਾਂ ਦਾ ਜੋ ਮੈਚ ਹੈ ਉਹ ਇੱਕ ਚੰਗਾ ਕੰਸਲਟੈਂਟ ਹੀ ਕਰ ਸਕਦਾ ਹੈ ਤਾਂ ਕਿ ਤੁਸੀਂ ਇੱਕ ਚੰਗੀ ਥਾਂ ਤੇ ਚੰਗੀ ਕੋਰਸ ਦੇ ਵਿੱਚ ਐਡਮਿਸ਼ਨ ਲੋ ਨਾਲ ਦੇ ਨਾਲ ਤੁਹਾਡਾ ਵੀਜ਼ਾ ਵੀ ਜੋ ਹੈ ਜ਼ਰੂਰ ਆਵੇ ਸੋ ਇਹਨਾਂ ਸਭ ਚੀਜ਼ਾਂ ਦੀ ਪੂਰੀ ਇਨਫੋਰਮੇਸ਼ਨ ਅਸੀਂ ਸਹੀ ਢੰਗ ਨਾਲ ਤੁਹਾਡੇ ਸਾਹਮਣੇ ਨਾ ਵੀਡੀਓਜ਼ ਦੇ ذریعے ਲੈ ਕੇ ਆਂਦੀ ਹਮੇਸ਼ਾ ਕੋਸ਼ਿਸ਼ ਕਰਦੇ ਆਂ ਤੇ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਹਰ ਵਾਰੀ ਸਟੂਡੈਂਟਸ ਨੂੰ ਬਹੁਤ ਚੰਗੇ ਪੁਆਇ ਕਲੈਰਿਟੀ ਦੇਣਿਓ ਤਾਂ ਕਿ ਸਟੂਡੈਂਟਸ ਇਹਨਾਂ ਚੀਜ਼ਾਂ ਨੂੰ ਸਮਝ ਸਕਣ ਕਿਤੇ ਵੀ ਮਿਸਗਾਈਡ ਨਾ ਹੋਣ ਤੇ ਆਪਣੇ ਫਿਊਚਰ ਨੂੰ ਸਹੀ ਢੰਗ ਦੇ ਨਾਲ ਅੱਗੇ ਵਧਾਣ ਤੇ ਫਿਰ ਵੀ ਸਟੂਡੈਂਟਸ ਦੇ ਮਨ ਵਿੱਚ ਕੋਈ ਸਵਾਲ ਹੋਵੇ ਤਾਂ ਜ਼ਰੂਰ ਹੈ ਨੰਬਰ ਵੀ ਅਸੀਂ ਇਸੇ ਲਈ ਮੈਂਸ਼ਨ ਕੀਤਾ ਹੁੰਦਾ ਸਕ੍ਰੀਨ ਤੇ ਡਿਸਪਲੇ ਹੋ ਰਿਹਾ ਕੋਈ ਡਾਊਟ ਹੈ ਆਪਣੀ ਪ੍ਰੋਫਾਈਲ ਨੂੰ ਲੈ ਕੇ ਪ੍ਰੋਸੈਸ ਨੂੰ ਲੈ ਕੇ ਤਾਂ ਜ਼ਰੂਰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਆਪਣੇ ਸਵਾਲ ਜਿਹੜੇ ਹੈ ਕਮੈਂਟ ਸੈਕਸ਼ਨ ਦੇ ਵਿੱਚ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ